ਦੂਸਰੇ ਇਤਿਹਾਸ ਦੀ ਪੋਥੀ ਅਧਿਆਇ 35 ਯੋਸ਼ੀਆ ਨੇ ਯਰੂਸ਼ਲਮ ਵਿੱਚ ਯਹੋਵਾ ਲਈ ਪਸਾ ਕੀਤੀ ਅਤੇ ਉਹਨਾਂ ਨੇ ਪਹਿਲੇ ਮਹੀਨੇ ਦੀ 34 ਤਰੀਕ ਨੂੰ ਪਸਾ ਨੂੰ ਕੱਟਿਆ। ਉਸਨੇ ਜਾਜਕਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਉੱਤੇ ਖੜਾ ਕੀਤਾ ਅਤੇ ਉਹਨਾਂ ਨੂੰ ਯਹੋਵਾ ਦੇ ਭਵਨ ਦੀ ਸੇਵਾ ਲਈ ਤਕੜਾ ਕੀਤਾ ਅਤੇ ਉਸਨੇ ਲੇਵੀਆਂ ਨੂੰ ਜਿਹੜੇ ਯਹੋਵਾ ਲਈ ਪਵਿੱਤਰ ਹੋ ਕੇ ਸਾਰੇ ਇਸਰਾਇਲ ਨੂੰ ਸਿੱਖਿਆ ਦਿੰਦੇ ਸਨ ਕਿ ਪਵਿੱਤਰ ਸੰਦੂਕ ਨੂੰ ਉਸ ਭਵਨ ਵਿੱਚ ਜਿਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ ਇਸਰਾਇਲ ਦੇ ਪਾਦਸ਼ਾਹ ਨੇ ਬਣਾਇਆ ਹੈ ਰੱਖੋ ਤਾਂ ਅੱਗੇ ਨੂੰ ਤੁਹਾਡੀਆਂ ਮੋਢੀਆਂ ਉੱਤੇ ਕੋਈ ਪਾਰ ਨਹੀਂ ਹੋਵੇਗਾ। ਸੋ ਹੁਣ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਅਤੇ ਉਸਦੀ ਪਰਜਾ ਇਸਰਾਇਲ ਦੀ ਸੇਵਾ ਕਰੋ ਆਪਣੇ ਪਿਓ ਦਾਦੀਆਂ ਦੇ ਘਰਾਣਿਆਂ ਅਤੇ ਆਪਣੀਆਂ ਵਾਰੀਆਂ ਅਨੁਸਾਰ ਜਿਵੇਂ ਇਸਰਾਇਲ ਦੇ ਪਾਦਸ਼ਾਹ ਦਾਊਦ ਨੇ ਲਿਖਿਆ ਹੈ ਅਤੇ ਉਸਦੇ ਪੁੱਤਰ ਸੁਲੇਮਾਨ ਨੇ ਲਿਖਿਆ ਹੈ। ਆਪਣੇ ਆਪ ਨੂੰ ਤਿਆਰ ਕਰ ਲਵੋ ਅਤੇ ਤੁਸੀਂ ਪਵਿੱਤਰ ਅਸਥਾਨ ਵਿੱਚ ਪਿਤਰਾਂ ਦੇ ਪ੍ਰਾਣੀਆਂ ਦੀ ਵੰਡ ਅਨੁਸਾਰ ਅਤੇ ਆਪਣੇ ਭਰਾਵਾਂ ਆਮ ਲੋਕਾਂ ਦੇ ਅਨੁਸਾਰ ਕਲੋਵੋ ਅਤੇ ਲੇਵੀਆਂ ਦੇ ਪਿਤਰਾਂ ਦੇ ਘਰਾਣੇ ਦਾ ਹਿੱਸਾ ਹਰੇਕ ਲਈ ਹੋਵੇ ਅਤੇ ਪਸਾ ਨੂੰ ਕੱਟੋ ਅਤੇ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਯਹੋਵਾ ਦੇ ਵਾਕ ਅਨੁਸਾਰ ਜੋ ਮੂਸਾ ਦੇ ਰਾਹੀਂ ਆਇਆ ਸੀ ਆਪਣੇ ਭਰਾਵਾਂ ਨੂੰ ਪੂਰਾ ਕਰਨ ਲਈ ਤਿਆਰ ਕਰੋ। ਯੋਸ਼ੀਆ ਨੇ ਆਮ ਲੋਕਾਂ ਲਈ ਜਿੰਨੇ ਉੱਤੇ ਸਨ ਜਿਹੜੇ ਵਿੱਚੋਂ 70 ਲੇਲੇ ਪਸਾ ਲਈ ਦਿੱਤੇ ਜਿਹੜੇ ਗਿਣਤੀ ਵਿੱਚ 30,000 ਸਨ ਅਤੇ 3,000 ਵਿਹੜੇ ਇਹ ਸਾਰੇ ਸਹੀ ਮਾਲ ਵਿੱਚੋਂ ਸਨ। ਉਸਦੇ ਸਰਦਾਰਾਂ ਨੇ ਉਸੀ ਦੇ ਚੜਾਵੇ ਲੋਕਾਂ ਲਈ ਔਰ ਜਾਜਕਾਂ ਔਰ ਲੇਵੀਆਂ ਲਈ ਦਿੱਤੇ ਅਤੇ ਹਿਲਕੀਆ ਔਰ ਜਖਰੀਆ ਔਰ ਯਹੀਏਲ ਨੇ ਜਿਹੜੇ ਪਰਮੇਸ਼ਰ ਦੇ ਭਵਨ ਦੇ ਹਾਕਮ ਸਨ ਜਾਜਕਾਂ ਨੂੰ ਪਸਾ ਲਈ 2,600 ਪੇਡਾਂ ਬੱਕਰੀਆਂ ਔਰ 300 ਵੇੜੇ ਦਿੱਤੇ ਅਤੇ ਕਨਨਿਆ ਸਮਿਆ ਔਰ ਨਥਨੀਏ ਉਸਦੇ ਭਰਾ ਅਤੇ ਅਸਬੀਆ ਔਰ ਯਹੀਏਲ ਔਰ ਯੋਜ਼ਾਬਾਤ ਲੇਵੀਆਂ ਦੇ ਸਰਦਾਰਾਂ ਨੇ ਪਸਾ ਲਈ ਲੇਵੀਆਂ ਨੂੰ 5,000 ਪੇਡਾਂ ਬੱਕਰੀਆਂ ਔਰ 500 ਵੇੜੇ ਦਿੱਤੇ। ਸੋ ਉਪਾਸਨਾ ਦਾ ਕੰਮ ਪੂਰਾ ਹੋਇਆ ਤਾਂ ਜਾਜਕ ਆਪਣੇ ਤਾਂ ਅਤੇ ਲੇਵੀ ਆਪਣੀ ਆਪਣੀ ਵਾਰੀ ਉੱਤੇ ਪਾਦਸ਼ਾਹ ਦੇ ਹੁਕਮ ਅਨੁਸਾਰ ਕਲੋ ਗਏ। ਉਹਨਾਂ ਨੇ ਪਸਾ ਨੂੰ ਕੱਟਿਆ ਅਤੇ ਜਾਜਕਾਂ ਨੇ ਉਹਨਾਂ ਦੇ ਹੱਥੋਂ ਲਹੂ ਲੈ ਕੇ ਛਿੜਕਿਆ ਅਤੇ ਲੇਵੀਆਂ ਨੇ ਕੱਲਾਂ ਲਾਈਆਂ ਤਾਂ ਉਹ ਹੋਮ ਬਲੀਆਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਪਿਓ ਦਾਦੀਆਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਯਹੋਵਾ ਦੇ ਹਜ਼ੂਰ ਪੇਟ ਚੜਾਉਣ ਲਈ ਉਹਨਾਂ ਨੂੰ ਦਿੱਤੇ ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਐਵੇਂ ਹੀ ਉਹਨਾਂ ਨੇ ਵੇੜੀਆਂ ਨਾਲ ਕੀਤਾ ਅਤੇ ਉਹਨਾਂ ਨੇ ਪਸਾ ਨੂੰ ਵਿਧੀ ਦੇ ਅਨੁਸਾਰ ਅੱਗ ਉੱਤੇ ਪੁੰਨਿਆ ਔਰ ਪਵਿੱਤਰ ਪੇਟਾਂ ਉਹਨਾਂ ਨੇ ਦੇਗਾਂ ਤੌੜੀਆਂ ਔਰ ਕੜਾਹੀਆਂ ਵਿੱਚ ਪਕਾਈਆਂ ਅਤੇ ਉਹਨਾਂ ਨੂੰ ਆਮ ਲੋਕਾਂ ਇੱਕ ਚੇਤੀ ਨਾਲ ਪਹੁੰਚਾ ਦਿੱਤਾ। ਇਸ ਦੇ ਮਗਰੋਂ ਉਹਨਾਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਤਿਆਰ ਕੀਤਾ ਕਿਉਂ ਜੋ ਹਾਰੂਨ ਦੀ ਵੰਸ਼ ਦੇ ਜਾਜਕ ਹੋਮ ਬਲੀਆਂ ਔਰ ਚਰਬੀ ਚੜਾਉਣ ਲਈ ਰਾਤ ਤੱਕ ਲੱਗੇ ਰਹੇ। ਸੋ ਲੇਵੀਆਂ ਨੇ ਆਪਣੇ ਲਈ ਔਰ ਹਾਰੂਨ ਦੀ ਵੰਸ਼ ਦੇ ਜਾਜਕਾਂ ਲਈ ਤਿਆਰ ਕੀਤਾ ਅਤੇ ਆਸਾਫ ਦੀ ਵੰਸ਼ ਦੇ ਗਵੀਏ ਦਾਊਦ ਔਰ ਆਸਾਫ ਔਰ ਯੇਮਾਨ ਅਤੇ ਪਾਦਸ਼ਾਹ ਦੇ ਗਿਪਤਾਨ ਯਦਤੂਨ ਦੇ ਹੁਕਮ ਅਨੁਸਾਰ ਆਪਣੀ ਆਪਣੀ ਥਾਂ ਉੱਤੇ ਕਲੋਤੇ ਸਨ ਔਰ ਹਰ ਫਾਟਕ ਉੱਤੇ ਦਰਬਾਨ ਸਨ ਅਤੇ ਉਹਨਾਂ ਨੂੰ ਆਪਣੀ ਟਹਿਲ ਸੇਵਾ ਤੋਂ
ਅੱਡ ਹੋਣਾ ਨਾ ਪਿਆ, ਕਿਉਂ ਜੋ ਉਹਨਾਂ ਦੇ ਭਰਾਵਾਂ ਲੇਵੀਆਂ ਨੇ ਉਹਨਾਂ ਲਈ ਤਿਆਰ ਕੀਤਾ। ਸੋ ਉਸ ਦਿਨ ਯੋਸ਼ੀਆ ਪਾਦਸ਼ਾਹ ਦੇ ਹੁਕਮ ਅਨੁਸਾਰ ਪਸਾ ਕਰਨ ਲਈ ਅਤੇ ਯਹੋਵਾ ਦੀ ਜਗਵੇਦੀ ਉੱਤੇ ਹੋਮ ਬਲੀ ਚੜਾਉਣ ਲਈ ਯਹੋਵਾ ਦੀ ਉਪਾਸਨਾ ਦਾ ਸਾਰਾ ਕੰਮ ਪੂਰਾ ਕੀਤਾ ਗਿਆ ਅਤੇ ਇਸਰਾਇਲੀਆਂ ਨੇ ਜਿਹੜੇ ਹਾਜ਼ਰ ਸਨ ਉਸ ਵੇਲੇ ਪਸਾਨੂ ਅਤੇ ਪਤੀਰੀ ਰੋਟੀ ਦੇ ਪਰਬ ਨੂੰ 7 ਦਿਨ ਤੱਕ ਮਨਾਇਆ। ਇਹੋ ਜਿਹੇ ਪਸਾ ਇਸਰਾਇਲ ਵਿੱਚ ਸਮੀਲ ਨਬੀ ਦੇ ਦਿਨਾਂ ਤੋਂ ਨਹੀਂ ਮਨਾਈ ਗਈ ਅਤੇ ਇਸਰਾਇਲ ਦੇ ਕਿਸੇ ਪਾਤਸ਼ਾਹ ਨੇ ਇਹੋ ਜਿਹੀ ਪਸਾ ਨਹੀਂ ਬਣਾਈ ਜਿਹੜੀ ਯੋਸ਼ੀਆ ਔਰ ਜਾਜਕਾਂ ਔਰ ਲੇਵੀਆਂ ਔਰ ਸਾਰੇ ਯਹੂਦਾ ਔਰ ਇਸਰਾਇਲ ਜਿਹੜੇ ਹਾਜ਼ਰ ਸਨ ਔਰ ਯਰੂਸ਼ਲਮ ਦੇ ਵਾਸੀਆਂ ਨੇ ਮਨਾਈ। ਇਹ ਪਸਾ ਯੋਸ਼ੀਆ ਦੇ ਰਾਜ ਦੇ 18ਵੇਂ ਵਰੇ ਮਨਾਈ ਗਈ। ਇਹ ਸਾਰੇ ਦੇ ਮਗਰੋਂ ਜਦ ਯੋਸ਼ੀਆ ਪਵਨ ਨੂੰ ਪੂਰਾ ਕਰ ਚੁੱਕਿਆ ਤਾਂ ਮਿਸਰ ਦੇ ਰਾਜੇ ਨਖੋ ਨੇ ਕਰਕਮੀਸ ਦੇ ਵਿਰੁੱਧ ਜੋ ਫਰਾਤ ਉੱਤੇ ਹੈ ਲੜਨ ਲਈ ਚੜਾਈ ਕੀਤੀ ਤਾਂ ਯੋਸ਼ੀਆ ਉਸਦੇ ਟਾਕਰੇ ਲਈ ਬਾਹਰ ਨਿਕਲਿਆ ਪਰ ਉਸਨੇ ਉਹਦੇ ਕੋਲ ਦੂਤਾਂ ਦੇ ਰਾਹੀ ਅਤਵਾ ਕੱਲਿਆ ਕਿ ਹੇ ਯਹੂਦਾ ਦੇ ਪਾਦਸ਼ਾਹ ਤੇਰੇ ਨਾਲ ਮੇਰਾ ਕੀ ਕੰਮ, ਮੈਂ ਅੱਜ ਦੇ ਦਿਨ ਤੇਰੇ ਉੱਤੇ ਨਹੀਂ ਸਗੋਂ ਇੱਕੋ ਹੋਰ ਘਰਾਣੇ ਉੱਤੇ ਚੜਾਈ ਕਰ ਰਿਹਾ ਹਾਂ ਅਤੇ ਪਰਮੇਸ਼ਰ ਨੇ ਮੈਨੂੰ ਚੇਤੀ ਕਰਨ ਦਾ ਹੁਕਮ ਦਿੱਤਾ ਹੈ। ਸੋ ਤੂੰ ਪਰਮੇਸ਼ਰ ਦੇ ਵਿਰੁੱਧ ਜਿਹੜਾ ਮੇਰੇ ਅੰਗ ਸੰਗ ਹੈ ਟਾਕਰਾ ਨਾ ਕਰ, ਮਤੇ ਉਹ ਤੈਨੂੰ ਮਾਰ ਸੁੱਟੇ। ਪਰ ਤਾਂ ਵੀ ਯੋਸ਼ੀਆ ਨੇ ਉਸ ਵੱਲੋਂ ਮੂੰਹ ਨਾ ਮੋੜਿਆ ਸਗੋਂ ਉਹਦੇ ਨਾਲ ਲੜਨ ਲਈ ਆਪਣਾ ਪੇਸ ਬਦਲਿਆ ਅਤੇ ਨਕੋ ਦੀ ਗੱਲ ਜਿਹੜੀ ਪਰਮੇਸ਼ਰ ਦੇ ਮੂੰਹੋਂ ਨਿਕਲੀ ਸੀ ਨਾ ਸੁਣੀ, ਸਗੋਂ ਲੜਾਈ ਲਈ ਮਗੀਦੋ ਦੀ ਵਾਦੀ ਵਿੱਚ ਗਿਆ ਤਾਂ ਤੀਰ ਅੰਦਾਜ਼ਾ ਨੇ ਯੋਸ਼ੀਆ ਪਾਦਸ਼ਾਹ ਨੂੰ ਤੀਰ ਮਾਰਿਆ ਤਾਂ ਪਾਦਸ਼ਾਹ ਨੇ ਆਪਣੇ ਨੌਕਰਾਂ ਨੂੰ ਆਖਿਆ ਕਿ ਮੈਨੂੰ ਕੱਢ ਲੈ ਚੱਲੋ ਕਿਉਂ ਜੋ ਮੈਂ ਵੱਡਾ ਫੱਟੜ ਹੋ ਗਿਆ ਹਾਂ। ਸੋ ਉਸਦੇ ਨੌਕਰਾਂ ਨੇ ਉਸ ਨੂੰ ਰੱਦ ਤੋਂ ਲਾ ਕੇ ਉਸਦੇ ਦੂਜੇ ਰੱਦ ਵਿੱਚ ਚੜਾਇਆ ਅਤੇ ਉਹਨੂੰ ਯਰੂਸ਼ਲਮ ਨੂੰ ਲੈ ਗਏ ਜਿੱਥੇ ਉਹ ਮਰ ਗਿਆ ਔਰ ਆਪਣੇ ਪਿਓ ਦਾਦਿਆਂ ਦੀਆਂ ਕਬਰਾਂ ਵਿੱਚ ਦੱਬਿਆ ਗਿਆ। ਤਾਂ ਸਾਰੇ ਯਹੂਦਾ ਅਤੇ ਯਰੂਸ਼ਲਮ ਨੇ ਯੋਸ਼ੀਆ ਦੇ ਲਈ ਸੋਗ ਕੀਤਾ। ਯਰਮੀਆ ਨੇ ਯੋਸ਼ੀਆ ਉੱਤੇ ਵੈਣ ਪਾਏ ਅਤੇ ਰਾਗੀ ਔਰ ਰਾਗਨਾ ਸਾਰੇ ਆਪਣੇ ਸੋਗ ਦੇ ਗਾਉਣ ਵਿੱਚ ਅੱਜ ਦੇ ਦਿਨ ਤੱਕ ਯੋਸ਼ੀਆ ਦਾ ਨਾਂ ਲੈਂਦੇ ਹਨ ਤੇ ਉਹਨਾਂ ਨੇ ਇਸਰਾਇਲ ਵਿੱਚ ਇਸ ਨੂੰ ਇੱਕ ਦਸਤੂਰ ਬਣਾ ਲਿਆ ਹੈ ਅਤੇ ਵੇਖੋ ਉਹ ਸਿਆਪਾ ਦੀ ਪੋਤੀ ਵਿੱਚ ਲਿਖੀਆਂ ਹਨ ਅਤੇ ਯੋਸ਼ੀਆ ਦੇ ਬਾਕੀ ਕੰਮ ਅਤੇ ਉਸਦੀ ਦਇਆ ਉਸਦੇ ਅਨੁਸਾਰ ਜੋ ਯਹੋਵਾ ਦੀ ਵਿਵਸਥਾ ਵਿੱਚ ਲਿਖਿਆ ਹੈ ਅਤੇ ਉਸਦੀਆਂ ਗੱਲਾਂ ਆਦਿ ਤੋਂ ਅੰਤ ਤੱਕ ਵੇਖੋ ਉਹ ਇਸਰਾਇਲ ਔਰ ਯਹੂਦਾ ਦੇ ਪਾਦਸ਼ਾਹ ਦੀ ਪੋਤੀ ਉੱਤੇ ਲਿਖੀਆਂ ਹਨ। ਜਬਰਾਂ ਦੀ ਪੋਤੀ 99 ਯਹੋਵਾ ਦੀਆਂ ਮਿਹਰਬਾਨੀਆਂ ਦੇ ਗੀਤ ਮੈਂ ਸਦਾ ਗਾਵਾਂਗਾ, ਮੈਂ ਤੇਰੀ ਵਫਾਦਾਰੀ ਸਾਰੀਆਂ ਪੀੜੀਆਂ ਨੂੰ ਆਪਣੇ ਮੂੰਹੋਂ ਸਮਝਾਵਾਂਗਾ। ਮੈਂ ਤਾਂ ਆਖਿਆ ਤੇਰੀ ਦਇਆ ਸਦਾ ਤੋੜੀ ਬਣੀ ਰਹੇਗੀ, ਤੂੰ ਆਪਣੀ ਵਫਾਦਾਰੀ ਨੂੰ ਆਕਾਸ਼ ਵਿੱਚ ਕਾਇਮ ਕਰੇਗਾ। ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨਿਆ ਹੈ, ਮੈਂ ਆਪਣੇ ਦਾਸ ਦਾਊਦ ਨਾਲ ਸੌਂ ਖਾਧੀ, ਭਈ ਮੈਂ ਤੇਰੀ ਅੰਸ਼ ਨੂੰ ਸਦਾ ਤੱਕ ਕਾਇਮ ਰੱਖਾਂਗਾ ਅਤੇ ਤੇਰੀ ਰਾਜਗਦੀ ਨੂੰ ਪੀੜੀਓ ਪੀੜੀ ਬਣਾਈ ਰੱਖਾਂਗਾ। ਹੇ ਯਹੋਵਾ, ਆਕਾਸ਼ ਤੇਰੇ ਅਚਰਜਾਂ ਨੂੰ ਸਲਾਉਣਗੇ
ਨਾਲੇ ਸੰਤਾਂ ਦੀ ਸੰਗਤ ਵਿੱਚ ਤੇਰੀ ਵਫਾਦਾਰੀ ਨੂੰ ਗਗਨ ਵਿੱਚ ਯਹੋਵਾ ਦੇ ਤੁੱਲ ਕੌਣ ਹੋ ਸਕਦਾ ਹੈ? ਦੇਵਤਿਆਂ ਦੇ ਪੁੱਤਰਾਂ ਵਿੱਚ ਕੌਣ ਯਹੋਵਾ ਦੇ ਸਮਾਨ ਹੋਵੇਗਾ? ਪਰਮੇਸ਼ਰ ਪਵਿੱਤਰਾਂ ਦੀ ਗੋਸ਼ਟੀ ਵਿੱਚ ਅਤ ਭਿਆਨਕ ਹੈ ਅਤੇ ਆਪਣੇ ਦੁਆਲਿਆਂ ਦੇ ਸਾਰਿਆਂ ਨਾਲੋਂ ਵੈਦਾਇਕ ਹੈ। ਏ ਯਹੋਵਾ ਸੈਨਾ ਦੇ ਪਰਮੇਸ਼ਰ, ਏ ਯਹੋਵਾ ਤੇਰੇ ਤੁੱਲ ਸ਼ਕਤੀਮਾਨ ਕੌਣ ਹੈ? ਤੇਰੀ ਵਫਾਦਾਰੀ ਤੇਰੇ ਆਲੇ ਦੁਆਲੇ ਹੈ। ਤੂੰ ਹੀ ਸਮੁੰਦਰ ਦੇ ਉਚਾਲ ਉੱਤੇ ਹਕੂਮਤ ਕਰਦਾ ਹੈ। ਜਾਂ ਉਹਦੀਆਂ ਟਾਟਾਂ ਉੱਡ ਪੈਂਦੀਆਂ ਹਨ ਤਾਂ ਤੂੰ ਉਹਨਾਂ ਨੂੰ ਥੰਮ ਦਿੰਦਾ ਹੈ। ਤੈਂ ਰਹਿਬ ਨੂੰ ਕਿਸੇ ਵੱਡੇ ਹੋਏ ਵਾਂਗੂ ਚੂਰ ਚੂਰ ਕਰ ਦਿੱਤਾ ਹੈ ਅਤੇ ਆਪਣੀਆਂ ਬਾਹਾਂ ਦੇ ਬਲ ਨਾਲ ਤੈਂ ਵੇਰੀਆਂ ਨੂੰ ਛਿੰਨ ਭਿੰਨ ਕਰ ਦਿੱਤਾ ਹੈ। ਆਕਾਸ਼ ਤੇਰੇ ਹਨ, ਧਰਤੀ ਵੀ ਤੇਰੇ ਹੈ। ਜਗਤ ਅਤੇ ਉਸਦੀ ਭਰਪੂਰੀ ਦੀ ਨੀਂਹ ਤੈਂ ਰੱਖੀ। ਉੱਤਰ ਅਤੇ ਦੱਖਣ ਨੂੰ ਤੈਂ ਉਤਪਤ ਕੀਤਾ। ਤਾਬੋਰ ਤੇ ਹਰਮੋਨ ਤੇਰੇ ਨਾਮ ਦਾ ਜੈਕਾਰਾ ਗਜਾਉਣਗੇ। ਤੇਰੀ ਬਾਂਹ ਬਲਵੰਤ ਹੈ, ਤੇਰਾ ਹੱਥ ਸ਼ਕਤੀਮਾਨ, ਤੇਰਾ ਸੱਜਾ ਹੱਥ ਉੱਚਾ ਹੈ। ਧਰਮ ਦੇ ਨਿਓ ਤੇਰੀ ਰਾਜਗਦੀ ਦੀ ਨੀਂਹ ਹਨ, ਦਇਆ ਦੇ ਵਫਾਦਾਰੀ ਤੇਰੇ ਅੱਗੇ ਅੱਗੇ ਚੱਲਦੀਆਂ ਹਨ। ਧੰਨ ਉਹ ਲੋਕ ਹਨ ਜਿਹੜੇ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ। ਹੇ ਯਹੋਵਾ, ਉਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ। ਤੇਰੇ ਨਾਮ ਉੱਤੇ ਉਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ ਅਤੇ ਤੇਰੇ ਧਰਮ ਦੇ ਕਾਰਨ ਉਹ ਉੱਚੇ ਕੀਤੇ ਜਾਂਦੇ ਹਨ। ਤੂੰ ਹੀ ਤਾਂ ਉਹਨਾਂ ਦੇ ਬਲ ਦਾ ਜਲਾਲ ਹੈ ਅਤੇ ਤੇਰੀ ਮਿਹਰਬਾਨੀ ਨਾਲ ਸਾਡਾ ਸਿੰਘ ਉੱਚਾ ਕੀਤਾ ਜਾਵੇਗਾ। ਸਾਡੀ ਢਾਲ ਤਾਂ ਯਹੋਵਾ ਦੀ ਹੈ ਅਤੇ ਸਾਡਾ ਬਾਦਸ਼ਾਹ ਇਸਰਾਇਲ ਦੇ ਪਵਿੱਤਰ ਪੁਰਖ ਦਾ ਹੈ। ਤਾਂ ਤੈਂ ਦਰਸ਼ਨ ਵਿੱਚ ਆਪਣੇ ਸੰਤਾਂ ਨਾਲ ਬਚਨ ਕੀਤਾ ਅਤੇ ਫਰਮਾਇਆ ਕਿ ਮੈਂ ਸਹਾਇਤਾ ਇੱਕ ਸੂਰਮੇ ਨੂੰ ਦਿੱਤੀ ਹੈ, ਮੈਂ ਪਰਜਾ ਵਿੱਚ ਚੁਣ ਕੇ ਇੱਕ ਨੂੰ ਉੱਚਿਆ ਕੀਤਾ ਹੈ, ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ ਆਪਣੇ ਪਵਿੱਤਰ ਤੇਲ ਨਾਲ ਮੱਸਾ ਕੀਤਾ ਹੈ, ਜਿਹਦੇ ਨਾਲ ਮੇਰਾ ਹੱਥ ਦ੍ਰਿੜ ਰਹੇਗਾ, ਨਾਲੇ ਮੇਰੀ ਬਾਂਹ ਉਹਨੂੰ ਤਕੜਾਈ ਦੇਵੇਗੀ। ਨਾ ਕੋਈ ਵੇਰੀ ਉਸ ਤੋਂ ਚੱਟੀ ਲਵੇਗਾ, ਨਾ ਦੁਸ਼ਟ ਦਾ ਪੁੱਤਰ ਉਹ ਨੂੰ ਉੱਕੀਆਂ ਕਰੇਗਾ। ਮੈਂ ਉਹਦੇ ਅੱਗੋਂ ਉਹਦੇ ਵਿਰੋਧੀਆਂ ਨੂੰ ਮਾਰਾਂਗਾ ਅਤੇ ਉਹਦੇ ਵੇਰੀਆਂ ਨੂੰ ਕੁੱਟਾਂਗਾ, ਪਰ ਮੇਰੀ ਵਫਾਦਾਰੀ ਅਤੇ ਮੇਰੀ ਦਇਆ ਉਹਦੇ ਨਾਲ ਰਹੇਗੀ ਅਤੇ ਮੇਰੇ ਨਾਮ ਦੇ ਕਾਰਨ ਉਹਦਾ ਸਿੰਘ ਉੱਚਾ ਕੀਤਾ ਜਾਵੇਗਾ ਅਤੇ ਮੈਂ ਉਹਦਾ ਹੱਥ ਸਮੁੰਦਰ ਉੱਤੇ ਅਤੇ ਉਹਦਾ ਸੱਜਾ ਹੱਥ ਨਦੀਆਂ ਉੱਤੇ ਰੱਖਾਂਗਾ। ਉਹ ਮੈਨੂੰ ਪੁਕਾਰ ਕੇ ਆਖੇਗਾ, ਤੂੰ ਮੇਰਾ ਪਿਤਾ, ਮੇਰਾ ਪਰਮੇਸ਼ਰ ਅਤੇ ਮੇਰੀ ਮੁਕਤੀ ਦੀ ਚਟਾਨ ਹੈ। ਮੈਂ ਵੀ ਉਹਨੂੰ ਆਪਣਾ ਜੇਡਾ ਅਤੇ ਧਰਤੀ ਦੀਆਂ ਰਾਜੀਆਂ ਵਿੱਚੋਂ ਅਤ ਮਹਾਨ ਬਣਾਵਾਂਗਾ। ਮੈਂ ਸਦਾ ਉਹਦੇ ਲਈ ਆਪਣੀ ਦਇਆ ਬਣਾਈ ਰੱਖਾਂਗਾ ਅਤੇ ਮੇਰਾ ਨੇਮ ਉਹਦੇ ਨਾਲ ਪੱਕਾ ਰਹੇਗਾ ਅਤੇ ਮੈਂ ਉਹਦੇ ਵੰਸ਼ ਨੂੰ ਸਦਾ ਤਿੱਕ ਅਤੇ ਉਹਦੀ ਰਾਜਗਦੀ ਨੂੰ ਆਕਾਸ਼ ਦੇ ਦਿਨਾਂ ਵਾਂਗੂ ਸਾਂਭਾਂਗਾ। ਜੇ ਉਹਦੇ ਬੱਚੇ ਮੇਰੀ ਵਿਵਸਥਾ ਨੂੰ ਤਿਆਗ ਦੇਣ ਅਤੇ ਮੇਰੇ ਨਿਯਮਾਂ ਉੱਤੇ ਨਾ ਚੱਲਣ, ਜੇ ਉਹ ਮੇਰੀਆਂ ਵਿਧੀਆਂ ਨੂੰ ਵਿਗਾੜ ਦੇਣ ਅਤੇ ਮੇਰੇ ਹੁਕਮਾਂ ਦੀ ਪਾਲਣਾ ਨਾ ਕਰਨ, ਤਾਂ ਮੈਂ ਡੰਡੇ ਨਾਲ ਉਹਨਾਂ ਦੀ ਅਪਰਾਧਾਂ ਦੀ ਅਤੇ ਕੋਰਡਿਆਂ ਨਾਲ ਉਹਨਾਂ ਦੀ ਬਰੀ ਦੀ ਸਜ਼ਾ ਦਿਆਂਗਾ। ਪਰ ਮੈਂ ਆਪਣੀ ਦਇਆ ਉਸ ਤੋਂ ਹਟਾ ਨਾ ਲਵਾਂਗਾ, ਨਾ ਆਪਣੀ ਵਫਾਦਾਰੀ ਛੱਡ ਕੇ ਝੂਟਾ ਹੋਵਾਂਗਾ। ਮੈਂ ਆਪਣੇ ਨੇਮ ਨੂੰ ਪਰਿਸ਼ਟ ਨਾ ਕਰਾਂਗਾ ਅਤੇ ਜੋ ਮੇਰੇ ਬੁੱਲਾਂ ਵਿੱਚੋਂ ਨਿਕਲਿਆ
ਉਹਨੂੰ ਨਾ ਬਦਲਾਂਗਾ। ਇੱਕ ਵਾਰ ਮੈਂ ਆਪਣੀ ਪਵਿੱਤਰ ਤਾਈ ਦੀ ਸੌਂ ਖਾ ਚੁੱਕਾ ਹਾਂ, ਫਿਰ ਦਾਊਦ ਨਾਲ ਝੂਠ ਨਾ ਬੋਲਾਂਗਾ। ਉਹਦਾ ਵੰਸ਼ ਅਤਕਾਲ ਤਿੱਕ ਅਤੇ ਉਹਦੀ ਰਾਜਗਦੀ ਸੂਰਜ ਵਾਂਗੂ ਮੇਰੇ ਅੱਗੇ ਬਣੀ ਰਹੇਗੀ। ਉਹ ਚੰਦਰਮਾ ਜਿਹੀ ਕਾਇਮ ਰਹੇਗੀ ਅਤੇ ਗਗਨ ਦੀ ਸੱਚੀ ਸਾਖੀ ਜਿਹੀ। ਪਰ ਤੈਂ ਤਾਂ ਤਿਆਗ ਦਿੱਤਾ ਅਤੇ ਰੱਦ ਕੀਤਾ ਹੈ। ਤੂੰ ਤਾਂ ਆਪਣੇ ਮਸਾ ਕੀਤੇ ਹੋਏ ਉੱਤੇ ਕ੍ਰੋਧਵਾਨ ਹੋਇਆ ਹੈ। ਤੈਂ ਆਪਣੇ ਦਾਸ ਦੇ ਨੇਮ ਨੂੰ ਬਿਨਾਉ ਨਾ ਸਮਝਿਆ। ਤੈਂ ਉਹਦੇ ਮੁਕਟ ਨੂੰ ਮਿੱਟੀ ਵਿੱਚ ਪਰਿਸ਼ਟ ਕੀਤਾ ਹੈ। ਤੈਂ ਉਹਦੀਆਂ ਸਾਰੀਆਂ ਵਾੜਾਂ ਨੂੰ ਤੋੜ ਦਿੱਤਾ ਹੈ। ਤੈਂ ਉਹਦੇ ਕਿੱਲੀਆਂ ਨੂੰ ਤੈ ਕਰ ਦਿੱਤਾ ਹੈ। ਉਸ ਰਾਹ ਦੇ ਸਾਰੇ ਲੰਘਣ ਵਾਲੇ ਉਹਨੂੰ ਲੁੱਟਦੇ ਹਨ। ਉਹਦੇ ਗੁਆਂਢੀ ਉਹਦੀ ਨਿੰਦਿਆ ਕਰਦੇ ਹਨ। ਤੈਂ ਉਹਦੇ ਵਿਰੋਧੀ ਦੇ ਸੱਜੇ ਹੱਥ ਨੂੰ ਉੱਚਿਆ ਕੀਤਾ। ਤੈਂ ਉਹਦੇ ਸਾਰੇ ਵੇਰੀ ਨੂੰ ਆਨੰਦ ਕੀਤਾ। ਤੈਂ ਉਹਦੀ ਤਲਵਾਰ ਦੀ ਧਾਰ ਨੂੰ ਵੀ ਮੋੜ ਦਿੱਤਾ ਹੈ ਅਤੇ ਲੜਾਈ ਵਿੱਚ ਉਹਨੂੰ ਕੋਲਣ ਨਹੀਂ ਦਿੱਤਾ। ਤੈਂ ਉਹਦੇ ਤੇਜ ਨੂੰ ਮੁਕਾ ਦਿੱਤਾ ਹੈ ਅਤੇ ਉਹਦੀ ਰਾਜਗਦੀ ਨੂੰ ਧਰਤੀ ਉੱਤੇ ਪਟਕਾ ਮਾਰਿਆ। ਤੈਂ ਉਹਦੀ ਜਵਾਨੀ ਦੇ ਦਿਨਾਂ ਨੂੰ ਕਟਾ ਦਿੱਤਾ ਹੈ। ਤੈਂ ਉਹਨੂੰ ਲਾਜ ਵਿੱਚ ਲਪੇਟਿਆ ਹੈ। ਇਹ ਯਹੋਵਾ, ਕਦ ਤੱਕ ਕੀ ਤੂੰ ਸਦਾ ਤੱਕ ਆਪਣੇ ਆਪ ਨੂੰ ਲੁਕਾਈ ਰੱਖੇਗਾ? ਕਦ ਤੱਕ ਤੇਰਾ ਕ੍ਰੋਧ ਅੱਗ ਵਾਂਗੂ ਪੱਕਦਾ ਰਹੇਗਾ? ਚੇਤੇ ਕਰ, ਭਈ ਮੇਰਾ ਵੇਲਾ ਇੰਨਾ ਘੱਟ ਹੈ। ਤੈਂ ਜਿਹੜੇ ਵਿਅਰਥ ਲਈ ਸਾਰੇ ਆਦਮ ਵੰਸ਼ ਨੂੰ ਉਤਪਤ ਕੀਤਾ, ਜਿਹੜਾ ਮਨੁੱਖ ਜੀਵਦਾ ਰਹੇਗਾ ਅਤੇ ਮੌਤ ਨੂੰ ਨਾ ਵੇਖੇਗਾ ਅਤੇ ਆਪਣੀ ਜਾਨ ਨੂੰ ਪਤਾਲ ਦੇ ਮੰਚ ਤੋਂ ਛੁਡਾਵੇਗਾ? ਹੇ ਪ੍ਰਭੂ, ਤੇਰੀਆਂ ਉਹ ਉਪਰਲੀਆਂ ਦਿਆਲਗੀਆਂ ਕਿੱਤੇ ਹਨ ਜਿਨ੍ਹਾਂ ਦੇ ਵਿਖੇ ਤੈਂ ਆਪਣੀ ਵਫਾਦਾਰੀ ਵਿੱਚ ਦਾਊਦ ਨਾਲੋਂ ਸੋ ਖਾਦੀ ਸੀ। ਹੇ ਪ੍ਰਭੂ, ਆਪਣੇ ਦਾਸਾਂ ਦੇ ਗੁਲਾਮੀਆਂ ਦਾ ਚੇਤਾ ਕਰ। ਮੈਂ ਆਪਣੀ ਛਾਤੀ ਉੱਤੇ ਬਹੁਤ ਸਾਰੇ ਲੋਕਾਂ ਦੇ ਗੁਲਾਮੇ ਚੁੱਕੀ ਬੈਠਾ ਹਾਂ, ਜਿਨ੍ਹਾਂ ਦੇ ਨਾਲ ਹੇ ਪ੍ਰਭੂ ਤੇਰੇ ਵੇਰੀਆਂ ਨੇ ਤਾਨੇ ਮਾਰੇ, ਜਿਨ੍ਹਾਂ ਦੇ ਨਾਲ ਉਹਨਾਂ ਨੇ ਤੇਰੇ ਮਸਾ ਕੀਤੇ ਹੋਏ ਦੇ ਕੁਰੀਆਂ ਉੱਤੇ ਤਾਨੇ ਮਾਰੇ। ਯਹੋਵਾ ਸਦਾ ਤਿਕ ਮੁਬਾਰਕ ਹੋਵੇ। ਆਮੀਨ ਫਿਰ ਆਮੀਨ। ਯਸ਼ਯਾ ਨਬੀ ਦੀ ਕਿਤਾਬ ਅਧਿਆਇ 4। ਉਸ ਦਿਨ 7 ਤੀਵੀਆਂ ਇੱਕ ਮਰਦ ਨੂੰ ਇਹ ਆਖ ਕੇ ਫੜਨ ਗਿਆ, ਅਸੀਂ ਆਪਣੀ ਰੋਟੀ ਖਾਵਾਂਗੀਆਂ ਤੇ ਆਪਣੇ ਕੱਪੜੇ ਪਾਵਾਂਗੀਆਂ, ਅਸੀਂ ਕੇਵਲ ਤੇਰੇ ਨਾਂ ਤੋਂ ਸਦਾਈਏ, ਸਾਡੀ ਸ਼ਰਮਿੰਦਗੀ ਮਿਟਾਈ। ਉਸ ਦਿਨ ਯਹੋਵਾ ਦੀ ਸਾਖ ਸੋਨੀ ਤੇ ਵਰਤਾ ਪਵਾਨ ਹੋਵੇਗੀ ਅਤੇ ਉਸ ਦੇਸ਼ ਦਾ ਫਲ ਇਸਰਾਇਲ ਦੇ ਬੱਚੇ ਹੋਈਆਂ ਲਈ ਸ਼ਾਨਦਾਰ ਤੇ ਸੁੰਦਰ ਹੋਵੇਗਾ। ਅਤੇ ਯੂੰ ਹੋਵੇਗਾ ਕਿ ਜਿਹੜਾ ਸਿਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਏਗਾ। ਉਹ ਸਾਰੇ ਜਿਹੜੇ ਯਰੂਸ਼ਲਮ ਦੇ ਜੀਵਦਿਆਂ ਵਿੱਚ ਲਿਖੇ ਗਏ। ਜਦ ਪ੍ਰਭੂ ਨੇ ਸਿਯੋਨ ਦੀਆਂ ਧੀਆਂ ਦਾ ਮਹਿਲਾ ਤੋਂ ਸੁੱਟਿਆ ਹੋਵੇਗਾ ਅਤੇ ਯਰੂਸ਼ਲਮ ਦਾ ਲਹੂ ਉਹਦੇ ਵਿੱਚ ਨਿਆਉ ਦੇ ਆਤਮਾ ਅਤੇ ਸਾੜਨ ਵਾਲੇ ਆਤਮਾ ਨਾਲ ਸਾਫ਼ ਕਰ ਦਿੱਤਾ ਹੋਵੇਗਾ, ਤਾਂ ਯਹੋਵਾ ਸਿਯੋਨ ਪਰਬਤ ਤੇ ਸਾਰੇ ਟਿਕਾਣੇ ਉੱਤੇ ਅਤੇ ਉਹਦੀਆਂ ਸੰਗਤਾਂ ਉੱਤੇ ਦਿਨ ਨੂੰ ਬਦਲ ਤੇ ਧੂੰਆਂ ਅਤੇ ਰਾਤ ਨੂੰ ਬਲਦੀ ਅੱਗ ਦਾ ਚਮਕਾਰਾ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਹੋਵੇਗਾ ਅਤੇ ਦਿਨ ਨੂੰ ਗਰਮੀ ਤੋਂ ਚਾਂ ਲਈ ਤੇ ਅਨੇਰੀ ਔਰ ਚੜੀ ਤੋਂ ਪਨਾ ਤੇ ਕੋਟ ਲਈ ਇੱਕ ਮੰਡਪ ਹੋਵੇਗਾ।
ਰਸੂਲਾਂ ਦੀ ਕਰਤੱਬ ਅਧਿਆਇ 9 ਪਰ ਸਾਊਲਸ ਅਜੇ ਪ੍ਰਭੂ ਤੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ ਹੋਇਆ ਸਰਦਾਰ ਜਾਜਕ ਦੇ ਕੋਲ ਗਿਆ ਅਤੇ ਉਸ ਕੋਲੋਂ ਦਮਿਸਕ ਦੀਆਂ ਸਮਾਜਾਂ ਦੇ ਨਾਂ ਇਸ ਪ੍ਰਕਾਰ ਦੀਆਂ ਚਿੱਠੀਆਂ ਮੰਗੀਆਂ ਪਈ ਜੋ ਇਸ ਪੰਥ ਦੇ ਮੈਨੂੰ ਮਿਲਣ ਪਾਵੇ ਮਨੁੱਖ ਪਾਵੇ ਤੀਵੀ ਤਾਂ ਉਹਨਾਂ ਨੂੰ ਬੰਦੇ ਹੋਏ ਯਰੂਸ਼ਲੇਮ ਵਿੱਚ ਲਿਆਵਾ ਜਾਂ ਉਹ ਚੱਲਿਆ ਜਾਂਦਾ ਸੀ ਤਾਂ ਯੂ ਹੋਇਆ ਜੋ ਉਹ ਦਮਿਸਕ ਦੇ ਨੇੜੇ ਆ ਟੁਕਿਆ ਅਤੇ ਅਚਾਨਕ ਆਕਾਸ਼ੋਂ ਇੱਕ ਜੋਤ ਉਹਦੇ ਚੁਫੇਰੇ ਚਮਕੀ ਤਾਂ ਉਹ ਕੁਵੇਂ ਡਿੱਗ ਪਿਆ ਅਤੇ ਇੱਕ ਆਵਾਜ਼ ਸੁਣੀ ਜੋ ਉਹਨੂੰ ਕਹਿੰਦੀ ਸੀ ਹੈ ਸਾਊਲਸ ਹੈ ਸਾਊਲਸ ਤੂੰ ਮੈਨੂੰ ਕਿਉਂ ਸਤਾਉਂਦਾ ਹੈ ਉਹਨੇ ਆਖਿਆ ਪ੍ਰਭੂ ਜੀ ਤੂੰ ਕੌਣ ਹੈ ਉਸਨੇ ਆਖਿਆ ਮੈਂ ਯੇਸੂ ਹਾਂ ਜਿਹਨੂੰ ਤੂੰ ਸਤਾਉਂਦਾ ਹੈ ਪਰ ਉੱਠ ਅਤੇ ਸ਼ਹਿਰ ਵਿੱਚ ਜਾ ਔਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਸੋ ਤੈਨੂੰ ਦੱਸਿਆ ਜਾਵੇਗਾ ਜਿਹੜੇ ਪੁਰਖ ਉਹਦੇ ਨਾਲ ਪਿੰਡਾ ਕਰਦੇ ਸਨ ਉਹ ਚੁੱਪ ਚਾਪ ਖੜੇ ਰਹੇ ਕਿ ਉਹਨਾਂ ਆਵਾਜ਼ ਤਾਂ ਸੁਣੀ ਪਰ ਕਿਸੇ ਨੂੰ ਡਿੱਟਾ ਨਾ ਸੀ ਸਾਊਲਸ ਤੋਂ ਉੱਤੋਂ ਉੱਟਿਆ ਪਰ ਜਾਂ ਆਪਣੀਆਂ ਅੱਖਾਂ ਖੋਲੀਆਂ ਤਾਂ ਉਹਨੂੰ ਕੁਛ ਨਾ ਦਿਸੀਆਂ ਪਰ ਉਹਦਾ ਹੱਥ ਫੜ ਕੇ ਦਮਿਸ਼ਕ ਵਿੱਚ ਲਿਆਏ ਅਤੇ ਉਹ 3 ਦਿਨ ਅੰਨਾ ਰਿਹਾ ਅਤੇ ਨਾ ਕੁਝ ਖਾਦਾ ਨਾ ਪੀਤਾ ਦਮਿਸਕ ਵਿੱਚ ਅਨਾਨੀਆ ਨਾਉ ਦਾ ਇੱਕ ਚੇਲਾ ਸੀ ਉਹਨੂੰ ਪ੍ਰਭੂ ਨੇ ਦਰਸ਼ਨ ਦੇ ਕੇ ਕਿਹਾ ਹੇ ਅਨਾਨੀਆ ਉਸ ਆਖਿਆ ਪ੍ਰਭੂ ਜੀ ਵੇਖ ਮੈਂ ਹਾਜ਼ਰ ਹਾਂ ਤਾਂ ਪ੍ਰਭੂ ਨੇ ਉਹਨੂੰ ਕਿਹਾ ਉੱਠ ਅਤੇ ਉਸ ਗਲੀ ਵਿੱਚ ਜੋ ਸਿੱਧੀ ਕਹਾਉਂਦੀ ਹੈ ਜਾ ਅਤੇ ਯਹੂਦਾ ਦੇ ਘਰ ਵਿੱਚ ਸਾਊਲਸ ਨਾਮੇ ਤਰਸੂਸ ਦੇ ਰਹਿਣ ਵਾਲੇ ਦੇ ਲਈ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰਦਾ ਹੈ ਅਤੇ ਉਹਨੇ ਹਨਾਨੀਆ ਨਾਮੇ ਇੱਕ ਮਨੁੱਖ ਨੂੰ ਅੰਦਰ ਆਉਂਦੀਆਂ ਅਤੇ ਆਪਣੇ ਉੱਤੇ ਹੱਥ ਰੱਖਦੀਆਂ ਡਿੱਟਾ ਹੈ ਤਾਂ ਜੋ ਫਿਰ ਸੁਜਾਕਾ ਹੋਵੇ ਪਰ ਹਨਾਨੀਆ ਨੇ ਉੱਤਰ ਦਿੱਤਾ ਕਿ ਪ੍ਰਭੂ ਜੀ ਮੈਂ ਬਹੁਤਿਆਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ ਜੋ ਇਹਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਕਿਹੜੀ ਬੁਰੀਆਈ ਕੀਤੀ ਹੈ ਅਤੇ ਉਸਨੇ ਪ੍ਰਧਾਨ ਜਾਜਕਾਂ ਦੀ ਵੱਲੋਂ ਇਸ ਗੱਲ ਦੀ ਮੁਖਤਿਆਰੀ ਪਾਈ ਹੈ ਪਈ ਇੱਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਬੰਨ ਲਵੇ ਪਰ ਪ੍ਰਭੂ ਨੇ ਉਹਨੂੰ ਆਖਿਆ ਤੂੰ ਚੱਲਿਆ ਜਾ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਇਆ ਕੌਮਾਂ ਅਤੇ ਰਾਜਿਆਂ ਅਤੇ ਇਸਰਾਇਲ ਦੀ ਅੰਸ ਅੱਗੇ ਮੇਰਾ ਨਾਮ ਪੁਛਾਵੇ ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁਛ ਚੱਲਣਾ ਪਵੇਗਾ ਤਦ ਹਨਾਨੀਆ ਚੱਲਿਆ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ ਔਰ ਉਸ ਤੇ ਹੱਥ ਰੱਖ ਕੇ ਬੋਲਿਆ ਹੇ ਭਾਈ ਸਾਊਲਸ ਪ੍ਰਭੂ ਅਰਥਾਤ ਯੇਸੂ ਨੇ ਜੋ ਤੈਨੂੰ ਰਾਹ ਵਿੱਚ ਜਿਸ ਤੋਂ ਤੂੰ ਆਇਆ ਸੀ ਵਿਖਾਈ ਦਿੱਤਾ ਮੈਨੂੰ ਕੱਲਿਆ ਹੈ ਭਾਈ ਤੂੰ ਸੁਜਾਕਾ ਹੋ ਜਾਵੇ ਔਰ ਪਵਿੱਤਰ ਆਤਮਾ ਨਾਲ ਭਰ ਜਾਵੇ ਹੋਵੇ ਉਹਦੀਆਂ ਅੱਖਾਂ ਤੋਂ ਚਿਲਕੇ ਜਿਹੇ ਡਿੱਗੇ ਅਤੇ ਉਹ ਸੁਜਾਕਾ ਹੋ ਗਿਆ ਅਤੇ ਉੱਠ ਕੇ ਬਪਤਿਸਮਾ ਲਿਆ
और प्रसाद चक के तकड़ा हो गया। फिर वो कई दिन दमिश्क विच चेलियां दे नाल रहा और वो तुरत समाजा विच येसु दा प्रचार करने लगा। वही वो परमेश्वर दा पुत्र है। अते सब सुनन वाले अचरज होके बोले कि ये वो नहीं जड़ा यरूशलेम विच इस नाम दे लेन वालियां दा नाश करदा सी। अते वो इसे गल लई इत्ते आया सी भाई उन्हां नूं बंदे होए प्रधान जाजकां दे अग्गे ले जावे। पर सौलुस होर भी तकड़ा हुंदा गया अते इस गल नूं साबित करके भाई मसीह यहो है उन्हां यहूदियां नूं जेड़े दमिश्क विच रहंदे सन घबरा दित्ता। जां बहुत दिन बीत गए तां यहूदियां ने ओदे मार कत्तन दा मता पकाया पर उन्हां दा मता सौलुस नूं मालूम हो गया ते उन्हां ने रात दिन दरवाजा वी राखी कीती पे ओनु मार सुटन। पर ओदे चेलिया ने रात दे वेले ओनु लिया अते टोकरे विच बहाल के सफेल उपरों उतार दिता। जावो यरूशलेम विच आया ता चेलिया विच रल जान दा जतन कीता पर सब उस तों डरदे सन क्योंजो ओदे चेले होन नु सत ना मनिया। पर बरनबास ओनो रसूलां दे कोल ले गया अते उन्हां नूं दस्सिया भई ओने किस प्रकार राह विच प्रभु नूं डिट्टा सी अते उसने ओदे नाल गल्लां कीतियां अते वो किस तरह दमिश्क विच येसु दे नाम उत्ते बेतड़क वचन करदा सी। तद वो उन्हां दे नाल यरूशलेम विच आउंदा जांदा रहा अते प्रभु दे नाम ते बेतड़क बचन करदा सी अते यूनानी यहूदियां नाल गल्लां अते बहस करदा सी। पर उन्ना ओदे मार सुटन नु लख बद्दा जां पाईयां नु ये मालूम होया तां ओ उसनु कैसरिया विच लियाए अते तरसूस दी वल तोर दित्ता। सो सारे यहूदियां अते गलील अते सामरिया विच कलीसिया दे सुख पाया अते बनदी गई अते प्रभु दे पाव अते पवित्र आत्मा दी तसली विच चलदियां होईयां वधदी जांदी सी। तां यूं होया कि पतरस सबना पासी फिरदा फिरदा उन्ना सत्तां कोल भी आया जेडे लुद्दा विच रहंदे सन और उते एनियास नामे एक मनुख ओनु मिलिया जेड़ा अट्टा वरिगा तो अदरंग दे मारे मंजे उत्ते पिया होया सी। पतरस ने ओनु आकिया एनियास येसु मसीह तेनु चंगा करदा है उठ अते अपना विछावना सुधार अते वो चट उठिया। ता लुद्दा अते सरोन दे सारे वासिया ने उसनु वेकिया अते प्रभु दी वल फिरे। यापा विच दबिता करके जिदा अर्थ हरनी है इक चेली सी ये तीवी सब कर्मा अते पुन दान करने विच रुझी रहंदी सी। ता यूं होया कि उन्नी दिनी बीमार होके वो मर गई अते उसनु नुला तुला के इक जुबारे विच रख दिता। और इसलिए जो लुद्दा यापा दे नेड़े सी चेलिया ने ये सुन के जो पतरस उत्ते ही है दो मनुक पेज के ओदी मेहनत कीती पई साडे कोल आउन विच टिल ना करियो। तद पतरस उठ के उन्हां दे नाल तुर पिया और जां उत्ते पुज्जिया तां ओ ओनू
ਉਸ ਚੁਬਾਰੇ ਵਿੱਚ ਲੈ ਗਏ ਅਤੇ ਸਭ ਵਿਧਵਾ ਉਹਦੇ ਕੋਲ ਕੜੀਆਂ ਰੋਂਦੀਆਂ ਸਨ ਅਤੇ ਉਹ ਕੁੜਤੇ ਅਤੇ ਵਸਤਰ ਜੋ ਦੋਰਕਸ ਨੇ ਉਹਨਾਂ ਦੇ ਨਾਲ ਹੁੰਦੀਆਂ ਬਣਾਏ ਵਿਖਾਲਦੀਆਂ ਸਨ। ਪਰ ਪਤਰਸ ਨੇ ਸਭਨਾਂ ਨੂੰ ਬਾਹਰ ਕੱਢਿਆ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਔਰ ਲੋਤ ਦੇ ਵੱਲ ਮੁੜ ਕੇ ਕਿਹਾ, ਏ ਤਬੀਥਾ ਉੱਠ। ਤਾਂ ਉਹਨੇ ਆਪਣੀਆਂ ਅੱਖੀਆਂ ਖੋਲੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ। ਉਹਨੇ ਹੱਥ ਦੇ ਕੇ ਉਸ ਨੂੰ ਉਠਾ ਲਿਆ ਤੇ ਸੰਤਾਂ ਔਰ ਵਿਧਵਾ ਨੂੰ ਸੱਦ ਕੇ ਉਸ ਨੂੰ ਉਹਨਾਂ ਦੇ ਅੱਗੇ ਜੀਉਂਦੀ ਹਾਜ਼ਰ ਕੀਤਾ। ਇਹ ਗੱਲ ਸਾਰੇ ਯਾਪਾ ਵਿੱਚ ਉਜਾਗਰ ਹੋ ਗਈ ਔਰ ਬਥੇਰੀਆਂ ਨੇ ਪ੍ਰਭੂ ਉੱਤੇ ਨੇਚਾ ਕੀਤੀ। ਫਿਰ ਯੂ ਹੋਇਆ ਕਿ ਉਹ ਬਹੁਤ ਦਿਨ ਯਾਪਾ ਵਿੱਚ ਸਮਿਓਨ ਨਾਮੇ ਇੱਕ ਕਟੀਕ ਦੇ ਘਰ ਟਿਕਿਆ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਕਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚ ਉਹ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਦੂਸਰੇ ਇਤਿਹਾਸ ਦੀ ਪੋਥੀ ਅਧਿਆਇ 35 ਇਸ ਵਿੱਚ ਆਪਾਂ ਵੇਖਦੇ ਹਾਂ ਯੋਸ਼ੀਆ ਰਾਜਾ ਪਰਮੇਸ਼ਰ ਦੇ ਲਈ ਪਸਾ ਦੇ ਪਰਬ ਨੂੰ ਬਹੁਤ ਹੀ ਧੂਮ ਧਾਮ ਨਾਲ ਅਤੇ ਮੂਸਾ ਦੇ ਉਸ ਵਿਵਸਥਾ ਦੇ ਵਿੱਚ ਲਿਖੇ ਹੋਏ ਅਨੁਸਾਰ ਮਨਾ ਰਿਹਾ ਅਤੇ ਸਾਰੇ ਯਹੂਦੀ ਅਤੇ ਇਸਰਾਇਲੀ ਉਹਦੇ ਨਾਲ ਮਿਲ ਕੇ ਮਨਾਉਂਦੇ ਨੇ ਅਤੇ ਬਹੁਤ ਹੀ ਵੱਡੀ ਖੁਸ਼ੀ ਨਾਲ ਉਸ ਨੂੰ ਮਨਾਉਂਦੇ। ਉਸ ਪ੍ਰਕਾਰ ਦਾ ਪਸਾਰ ਦਾ ਤਿਉਹਾਰ ਕਦੇ ਸਾਮੀਅਲ ਦੀ ਨਬੀਆਂ ਦੇ ਸਮਾਂ ਦੇ ਵਿੱਚ ਵੀ ਨਾ ਮਨਾਇਆ ਗਿਆ ਤੇ ਉਹਨੇ ਇਸ ਕਾਰਨ ਕੁਛ ਗਲਤ ਸੋਚ ਲਿਆ ਕਿ ਮੈਂ ਬਲੀ ਨੂੰ ਪਰਮੇਸ਼ਰ ਦੇ ਅੱਗੇ ਚੜਾ ਲਿਆ ਤਾਂ ਪਰਮੇਸ਼ਰ ਮੇਰੇ ਅੰਗ ਸੰਗ ਖਰਦਮ ਹੋਵੇਗਾ। ਪਰ ਉਹਨੇ ਇਹ ਨਹੀਂ ਸਮਝਿਆ ਪਰਮੇਸ਼ਰ ਜੋ ਉਹਦੇ ਆਖੇ ਅਨੁਸਾਰ ਕਰਦੇ ਨੇ ਉਹਨਾਂ ਦੇ ਵਿਚਕਾਰ ਹੀ ਰਹਿੰਦਾ ਹੈ। ਨੇਕੋ ਰਾਜਾ ਕਿਸੇ ਔਰ ਰਾਜ ਦੇ ਨਾਲ ਲੜਨ ਲਈ ਜਾ ਰਿਹਾ ਸੀ। ਉਦੋਂ ਉਹਦੇ ਨਾਲ ਲੜਨ ਲਈ ਜਾ ਰਿਹਾ ਉਦੋਂ ਉਹ ਚੇਤਾਵਨੀ ਦੇ ਰਿਹਾ ਹੈ ਕਿ ਮੈਂ ਪਰਮੇਸ਼ਰ ਦੇ ਆਖੇ ਅਨੁਸਾਰ ਤੈਨੂੰ ਕਹਿੰਦਾ ਹਾਂ ਮੈਂ ਤੇਰੇ ਨਾਲ ਲੜਨ ਲਈ ਨਹੀਂ ਆਇਆ ਸੋ ਤੂੰ ਮੇਰੇ ਨਾਲ ਲੜਨ ਲਈ ਨਾ ਆਵੋ। ਪਰ ਯੋਸ਼ੀਆ ਉਹਦੇ ਗੱਲ ਨੂੰ ਨਾ ਮੰਨ ਕੇ ਆਪਣੇ ਰੂਪ ਨੂੰ ਬਦਲ ਕੇ ਉਹਦੇ ਨਾਲ ਲੜਨ ਲਈ ਗਿਆ। ਉਦੋਂ ਪਰਮੇਸ਼ਰ ਦੇ ਆਤਮਾ ਉਹਦੇ ਰਾਖੀ ਨਾ ਕਰਨ ਦੇ ਕਾਰਨ ਖਾਸ ਕਰਕੇ ਉਹ ਪਰਮੇਸ਼ਰ ਦੇ ਆਕੇ ਅਨੁਸਾਰ ਨਾ ਕਰਨ ਦੇ ਕਾਰਨ ਉਹਦੇ ਉੱਤੇ ਜੋ ਕਿਰਪਾ ਦਾ ਰਾਖੀ ਹੈਗਾ ਸੀ ਉਸ ਨੂੰ ਉਹਨੇ ਖੋ ਚੁੱਕਿਆ। ਇਸ ਕਾਰਨ ਉਸ ਲੜਾਈ ਦੇ ਵਿੱਚ ਉਹ ਮਰ ਜਾਂਦਾ। ਜਬਰਾਂ ਦੀ ਪੋਥੀ ਅਧਿਆਇ 99 ਦੇ ਵਿੱਚ ਆਪਾਂ ਵੇਖਦੇ ਹਾਂ ਕਿ ਯਹੋਵਾ ਪਰਮੇਸ਼ਰ ਸਦਾ ਆਪਣੇ ਚੁਣੇ ਹੋਏ ਲੋਕਾਂ ਉੱਤੇ ਕਿਰਪਾ ਨੂੰ ਦਇਆ ਨੂੰ ਆਪਣੀ ਵਫਾਦਾਰੀ ਦੇ ਅਨੁਸਾਰ ਬਰਸਦਾ ਹੈ। ਉਹ ਆਪਣੀ ਚੁਣੇ ਹੋਏ ਦਾਸਾਂ ਦੇ ਅੰਗ ਸੰਗ ਰਹਿੰਦਾ ਹੈ ਅਤੇ ਉਹਨੂੰ ਅਤੇ ਉਹਦੇ ਵੰਸ਼ ਨੂੰ ਪਰਮੇਸ਼ਰ ਸਦਾ ਰਾਖੀ ਕਰਦਾ ਹੈ। ਉਹਦੇ ਨਾਲ ਕੀਤੇ ਹੋਏ ਵਾਅਦਾਵਾਂ ਨੂੰ ਵੀ ਉਹ ਪੂਰਾ ਕਰਦਾ ਹੈ ਕਿਉਂਕਿ ਸਾਰੇ ਆਕਾਸ਼ ਦੇ ਥੱਲੇ ਧਰਤੀ ਦੇ ਉੱਤੇ ਜੋ ਵੀ ਹੈ ਉਹ ਸਭ ਕੁਛ ਪਰਮੇਸ਼ਰ ਨੇ ਬਣਾਇਆ ਹੈ ਉਹਦੇ ਹੱਥੋਂ ਰਚਿਆ ਗਿਆ ਹੈ। ਇਸ ਕਾਰਨ ਉਹ ਸਾਰੇ ਚੀਜ਼ਾਂ ਤੋਂ
ਉਹਦੇ ਚੁਣੇ ਹੋਏ ਦਾਸਾਂ ਨੂੰ ਬਰਕਤਾਂ ਦਿੰਦਾ ਹੈ ਅਤੇ ਉਸ ਨੂੰ ਰਾਖੀ ਕਰਦਾ ਹੈ। ਪਰ ਜਿਹੜਾ ਉਹਦੇ ਵਿਵਸਥਾ ਅਨੁਸਾਰ ਉਹਦੇ ਕਹੇ ਅਨੁਸਾਰ ਨਾ ਕਰਦਾ ਹੈ ਉਸ ਨੂੰ ਪਰਮੇਸ਼ਰ ਨਾਸ ਕਰਦਾ ਹੈ, ਉਸ ਤੋਂ ਆਪਣੀ ਰਾਖੀ ਨੂੰ ਦੂਰ ਕਰਦਾ ਹੈ ਤਾਂ ਕਿ ਉਹ ਦੁਸ਼ਟਾਂ ਦੇ ਹੱਥੇ ਵਿੱਚ ਜਾ ਪਵੇ ਅਤੇ ਉੱਤੇ ਹੀ ਉਹ ਨਾਸ ਹੋ ਜਾਵੇ। ਇਸਾਇਆ ਨਬੀ ਦੀ ਕਿਤਾਬ ਅਧਿਆਇ 4 ਦੇ ਵਿੱਚ ਵੇਖਦੇ ਹਾਂ, ਜਿਹੜਾ ਪਰਮੇਸ਼ਰ ਦੇ ਆਕੇ ਅਨੁਸਾਰ ਨਾ ਕਰਦਾ ਹੈ ਅਤੇ ਪਰਮੇਸ਼ਰ ਦੇ ਖਿਲਾਫ ਪਾਪ ਕਰਦਾ ਹੈ ਉਸ ਤੋਂ ਪਰਮੇਸ਼ਰ ਰਾਖੀ ਨੂੰ ਦੂਰ ਕਰਦਾ ਹੈ, ਉਸ ਤੋਂ ਪੁਸੀਆਂ ਨੂੰ ਚੀਲ ਲੈਂਦਾ ਹੈ, ਉਸ ਦੀ ਸੁੰਦਰਤਾ ਨੂੰ ਉਹਦੀ ਮਹਿਮਾ ਨੂੰ ਪਰਮੇਸ਼ਰ ਉਸ ਤੋਂ ਦੂਰ ਕਰ ਦਿੰਦਾ ਹੈ। ਪਰ ਜਿਹੜਾ ਪਰਮੇਸ਼ਰ ਦਾ ਪੈ ਮੰਨਦਾ ਹੈ ਉਸ ਉੱਤੇ ਆਪਣੀ ਚਾਨਣ ਨੂੰ ਚਮਕਾ ਆਉਂਦਾ ਹੈ। ਰਸੂਲਾਂ ਦੀ ਕਿਤਾਬ ਅਧਿਆਇ 9 ਦੇ ਵਿੱਚ ਆਪਾਂ ਇਸ ਪ੍ਰਕਾਰ ਵੇਖਦੇ ਹਾਂ, ਸੌਲੁਸ ਜੋ ਕਲੀਸਿਯਾ ਨੂੰ ਸਤਾਉਂਦਾ ਸੀ ਉਸ ਨੂੰ ਯੇਸੂ ਮਸੀਹ ਦਰਸ਼ਨ ਦੇ ਕੇ ਆਖਦਾ ਹੈ ਕਿ ਤੂੰ ਮੈਨੂੰ ਕਾਹੇ ਨੂੰ ਸਤਾਉਂਦਾ ਹੈ, ਤੂੰ ਮੇਰੇ ਲਈ ਸੇਵਾ ਕਰੋ ਅਤੇ ਤੂੰ ਕੀ ਕਰਨਾ ਚਾਹੀਦਾ ਹੈ ਕਰਕੇ ਮੇਰਾ ਦਾਸ ਅਨਨਿਆ ਤੈਨੂੰ ਸਮਝਾਵੇਗਾ, ਤੂੰ ਉਹਦੇ ਕੋਲ ਜਾ। ਅਤੇ ਪ੍ਰਭੂ ਯੇਸੂ ਮਸੀਹ ਦਾ ਚੇਲਾ ਹਨਨਿਆ ਨੂੰ ਯੇਸੂ ਮਸੀਹ ਪ੍ਰਗਟ ਹੋ ਕੇ ਆਖਦਾ ਹੈ ਕਿ ਤੂੰ ਸੌਲੁਸ ਕੋਲ ਜਾ ਅਤੇ ਉਹ ਇਸ ਘਰ ਵਿੱਚ ਰਹਿੰਦਾ ਹੈ, ਉਸ ਨੂੰ ਤੂੰ ਜਾ ਕੇ ਪ੍ਰਾਰਥਨਾ ਕਰ ਅਤੇ ਉਸ ਨੂੰ ਚੰਗਾ ਕਰ। ਤਾਂ ਹਨਨਿਆ ਆਖਦਾ, ਸੌਲੁਸ ਤੇਰੇ ਕਲੀਸਿਯਾ ਨੂੰ ਸਤਾਉਣ ਵਾਲਾ ਹੈ। ਪਰ ਪ੍ਰਭੂ ਯੇਸੂ ਮਸੀਹ ਕਹਿੰਦਾ, ਪਹਿਲਾਂ ਉਹ ਸਤਾਉਂਦਾ ਸੀ ਪਰ ਹੁਣ ਉਹ ਮੇਰੇ ਕਾਰਨ, ਮੇਰੇ ਨਾਮ ਦੇ ਕਾਰਨ ਸਤਾਇਆ ਜਾਵੇਗਾ, ਸੋ ਤੂੰ ਜਾ ਕੇ ਉਹਦੇ ਉੱਤੇ ਹੱਥ ਰੱਖ। ਸੋ ਪ੍ਰਭੂ ਦੇ ਕਹਿਣੇ ਅਨੁਸਾਰ ਹਨਨਿਆ ਜਾ ਕੇ ਉਸ ਉੱਤੇ ਹੱਥ ਰੱਖ ਕੇ ਦੁਆ ਕਰਦਾ ਅਤੇ ਉਹ ਬਪਤਿਸਮਾ ਲੈ ਕੇ ਪ੍ਰਭੂ ਯੇਸੂ ਮਸੀਹ ਦੇ ਉਸ ਸੇਵਾ ਦੇ ਵਿੱਚ ਰਲ ਜਾਂਦਾ। ਪਰ ਬਥੇਰੇ ਯਰੂਸ਼ਲੇਮ ਦੇ ਵਿੱਚ ਜੋ ਰਸੂਲ ਸਨ ਉਹ ਇਸ ਨੂੰ ਕਬੂਲ ਨਹੀਂ ਕਰਦੇ ਅਤੇ ਉਹ ਇਸ ਤੋਂ ਡਰਦੇ, ਪਰ ਬਰਨਬਾਸ ਇਸ ਨੂੰ ਕਬੂਲ ਕਰਦਾ ਅਤੇ ਇਹਦੀਆਂ ਸਾਰੀਆਂ ਗੱਲਾਂ ਸੁਣ ਕੇ ਅਤੇ ਸਾਰੇ ਰਸੂਲਾਂ ਕੋਲ ਇਸ ਨੂੰ ਲੈ ਜਾ ਕੇ ਉਹਨਾਂ ਨਾਲ ਇਸ ਨੂੰ ਰਲਾ ਦਿੰਦਾ। ਅਤੇ ਪਤਰਸ ਦਬਿਤਾ ਨਾਮ ਦੇ ਇੱਕ ਪਰਮੇਸ਼ਰ ਦੀ ਵਿਸ਼ਵਾਸੀ ਨੂੰ ਜੋ ਨੇਚਾਵਾਨ ਸੀ, ਜੋ ਮਰ ਜਾਂਦੀ ਸੀ, ਉਸ ਨੂੰ ਜੀਵਦਾ ਖੜਾ ਕਰਦਾ। ਇਹਨਾਂ ਸਾਰੇ ਅਧਿਆਇ ਦੇ ਵਿੱਚੋਂ ਆਪਾਂ ਇੱਕ ਗੱਲ ਨੂੰ ਸਿੱਖਦੇ ਹਾਂ, ਯਹੋਵਾ ਪਰਮੇਸ਼ਰ ਉਹਦੇ ਆਕੇ ਅਨੁਸਾਰ ਕਰਨ ਵਾਲਿਆਂ ਦੇ ਨਾਲ ਹੀ ਰਹਿੰਦਾ ਹੈ ਅਤੇ ਉਹਨਾਂ ਦੀ ਰਾਖੀ ਕਰਦਾ ਹੈ, ਉਹਨਾਂ ਨੂੰ ਬੇਇੱਜ਼ਤੀ ਤੋਂ, ਉਹਨਾਂ ਨੂੰ ਵਿਪਤਾ ਤੋਂ ਛੁਡਾਉਂਦਾ ਹੈ। ਯਹੋਵਾ ਪਰਮੇਸ਼ਰ ਹੀ ਉਹਨਾਂ ਦਾ ਗੜ ਬਣ ਕੇ ਰਹਿੰਦਾ ਹੈ। ਪਰ ਜਿਹੜਾ ਪਰਮੇਸ਼ਰ ਦੇ ਰਾਹ ਉੱਤੇ ਨਾ ਚੱਲ ਕੇ ਉਹਦੇ ਆਕੇ ਅਨੁਸਾਰ ਨਹੀਂ ਕਰਦਾ ਹੈ, ਉਸ ਨੂੰ ਪਰਮੇਸ਼ਰ ਨਾਸ ਕਰ ਦਿੰਦਾ ਹੈ, ਉਸ ਦੀ ਰਾਖੀ ਨੂੰ ਉਸ ਤੋਂ ਪਰਾਂ ਕਰ ਦਿੰਦਾ ਹੈ। ਸੋ ਪ੍ਰਭੂ ਦੇ ਪਿਆਰਿਓ, ਇਹਨਾਂ ਗੱਲਾਂ ਉੱਤੇ ਧਿਆਨ ਰੱਖਦੇ ਹੋਏ ਪਰਮੇਸ਼ਰ ਦੇ ਆਕੇ ਅਨੁਸਾਰ ਕਰਨਾ ਜ਼ਰੂਰੀ ਸਮਝਣਾ ਹੈ, ਨਾ ਕਿ ਪਰਮੇਸ਼ਰ ਬਲੀਆਂ ਦੇ ਨਾਲ ਪ੍ਰਸੰਨ ਹੁੰਦਾ ਹੈ, ਸਗੋਂ ਉਹ ਆਗਿਆਕਾਰੀ ਨੂੰ ਹੀ ਚਾਹੁੰਦਾ ਹੈ। ਸੋ ਪ੍ਰਭੂ ਦਾ ਆਗਿਆਕਾਰੀ ਬਣ ਕੇ
ਪਰਮੇਸ਼ਰ ਨੂੰ ਆਪਣਾ ਗੜ ਬਣਾਵੋ। ਪ੍ਰਭੂ ਤੁਹਾਨੂੰ ਸਾਰੇ ਬਚਨਾਂ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। ਗਾਡ ਬਲੈਸ ਯੂ।